ਸਤਿ ਸ਼੍ਰੀ ਅਕਾਲ ਖਬਰਾਂ ਦੇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਖਬਰਾਂ ਦੇਸ ਬੁਲੇਟਿਨ ਦੇ ਸਪான்ਸਰ ਨੇ ਰੀਅਲ اسٹیਟ ਬ੍ਰੋਕਰ ਮੋਹਨ ਚੀਮਾ ਰੀਅਲ اسٹیਟ ਦੀ ਦੁਨੀਆ ਦੇ ਵਿੱਚ ਮਨਿਆ ਪਰ ਮਨਿਆ ਨਾਮ ਤੇ ਪੇਸ਼ ਨੇ ਚੋਣਵੀਆਂ ਖਬਰਾਂ ਅਮਰੀਕਾ 'ਚ ਜான்ਸਨ ਐਂਡ ਜான்ਸਨ ਵੈਕਸੀਨ ਨੂੰ ਮਿਲੀ ਮਨਜ਼ੂਰੀ ਇੱਕ ਖੁਰਾਕ ਹੀ ਅਸਰਦਾਰ ਅਮਰੀਕਾ ਦੇ ਇਸ ਸ਼ਹਿਰ 'ਚ ਮਹਿਸੂਸ ਕੀਤੇ ਗਏ ਭੁਚਾਲ ਦੇ ਝਟਕੇ ਰਿਕਟਰ ਮਾਪਾਨੇ ਤੇ 5.3 ਰਹੀ ਤੀਬਰਤਾ ਅਮਰੀਕਾ 'ਚ ਹਵਾਈ ਅੜਿਆਂ ਤੇ ਲਾਗੂ ਹੋਵੇਗਾ ਇਵੋਲਾ ਵਾਇਰਸ ਲਈ ਨਿਗਰਾਨੀ ਪ੍ਰੋਗਰਾਮ ਅਮਰੀਕਾ ਕੋਰੋਨਾ ਰਾਹਤ ਪੈਕੇਜ ਲਈ 1900 ਅਰਬ ਡਾਲਰ ਦੇ ਬਿੱਲ ਨੂੰ ਮਨਜ਼ੂਰੀ ਰਿਪਬਲਿਕ ਨੇਤਾਵਾਂ ਨੇ 2022 ਸਰਦ ਰੁੱਤ 올림픽 ਦੇ ਬਾਈਕਾਟ ਦੀ ਕੀਤੀ ਮੰਗ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਕੈਨੇਡਾ ਨਾਲ ਖਾਲਿਸਤਾਨ ਦੇ ਮੁੱਦੇ ਤੇ ਕਰਨਗੇ ਗੱਲ ਅਮਰੀਕਾ ਵਿੱਚ ਲੱਖਾਂ ਪਰਿਵਾਰਾਂ ਨੂੰ ਮਿਲ ਸਕਦੀ ਹੈ 50 ਡਾਲਰ ਪ੍ਰਤੀ ਮਹੀਨਾ ਇੰਟਰਨੈਟ ਸਬਸਿਡੀ ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ 'ਚ ਮੁਰ ਲੱਗੇਗੀ ਤਾਲਾਬੰਦੀ ਦলাই ਈਲਾਮਾ ਅਵਤਾਰ ਅਮਰੀਕਾ ਚੀਨ ਵਿਚਾਲੇ ਬਣਿਆ ਵਿਵਾਦ ਦਾ ਮੁੱਦਾ FIFA World Cup 2022 ਚ ਕਤਰ ਵਿਸ਼ਵ ਕੱਪ ਦੀਆਂ ਤਿਆਰੀਆਂ ਨੇ ਹੁਣ ਤੱਕ 650 ਕਾਮਿਆਂ ਦੇ ਲਈ ਜਾਣ ਮਨ ਕੀ ਬਾਤ ਤੋਂ ਪਹਿਲਾਂ ਪੀਐਮ ਮੋਦੀ ਨੂੰ ਰਾਹੁਲ ਗਾਂਧੀ ਦੀ ਚੁਣੌਤੀ ਕਿਹਾ ਹਿੰਮਤ ਹੈ ਤਾਂ ਕਿਸਾਨਾਂ ਦੀ ਗੱਲ ਕਰੋ ਤੇ ਹੁਣ ਪੇਸ਼ ਨੇ ਕਪੜਾ ਵਿਸਤਾਰ ਨਾਲ ਮਡਰਨਾ ਤੇ ਫਾਈਜ਼ਰ ਤੋਂ ਬਾਅਦ ਹੁਣ ਅਮਰੀਕਾ ਵਿੱਚ ਤੀਜੀ ਵੈਕਸੀਨ ਨੂੰ ਮਨਜ਼ੂਰੀ ਮਿਲ ਗਈ ਹੈ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਸ਼ਨੀਵਾਰ ਨੂੰ ਜான்ਸਨ ਐਂਡ ਜான்ਸਨ ਦੀ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਕੋਰੋਨਾ ਵਾਇਰਸ ਖਿਲਾਫ 70 ਫੀਸਦੀ ਪ੍ਰਭਾਵੀ ਹੈ ਜான்ਸਨ ਐਂਡ ਜான்ਸਨ ਦੀ ਵੈਕਸੀਨ ਦੋ ਦੀ ਜਗ੍ਹਾ ਸਿਰਫ ਇੱਕ ਖੁਰਾਕ ਦੇ ਤੌਰ ਤੇ ਅਸਰਦਾਰ ਹੈ ਅਮਰੀਕਾ ਵਿੱਚ 5 ਲੱਖ ਤੋਂ ਵੱਧ ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਚੁੱਕੀ ਹੈ ਅਤੇ ਟਿਕਾਕਰਨ ਨੂੰ ਤੇਜ਼ ਕਰਨ ਲਈ ਇੱਕ ਅਜਿਹੀ ਹੀ ਵੈਕਸੀਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਜਿਸ ਦੀ ਖੁਰਾਕ ਇੱਕ ਹੀ ਕਾਫੀ ਹੋਵੇ ਰਾਸ਼ਟਰਪਤੀ ਜੋ ਬਾਈਡਨ ਨੇ FDA ਦੀ ਮਨਜ਼ੂਰੀ ਨੂੰ ਅਮਰੀਕਾ ਲਈ ਉਤਸ਼ਾਹਜਨਕ ਖਬਰ ਦੱਸਿਆ। ਪੁਚਾਲ ਦੇ ਦਰਮਿਆਨੀ ਤੀਬਰਤਾ ਦੇ ਝਟਕੇ ਅਮਰੀਕਾ ਦੇ ਅਲਾਸਕਾ ਰਾਜ ਦੇ ਸਭ ਤੋਂ ਵੱਡੇ ਸ਼ਹਿਰ ਐਂਕਰਜਸ ਵਿੱਚ ਮਹਿਸੂਸ ਕੀਤੇ ਗਏ ਜਿਸ ਦਾ ਕੇਂਦਰ ਸ਼ਹਿਰ ਦੇ ਉੱਤਰ ਪੱਛਮ ਵਿੱਚ ਸਿਰਫ 9 ਮੀਲ ਦੇ ਨਾਲ ਹੈ ਅਲਾਸਕਾ ਪੁਚਾਲ ਕੇਂਦਰ ਨੇ ਕਿਹਾ ਕਿ ਐਂਕਰੋਜ਼ ਵਿੱਚ ਨਵੰਬਰ 18 ਵਿੱਚ 7.1 ਮਾਪਦਾ ਪੁਚਾਲ ਆਇਆ ਸੀ ਜਿਸ ਨਾਲ ਸਾਰੇ ਖੇਤ ਵਿੱਚ ਭਾਰੀ ਤਬਾਹੀ ਮਚ ਗਈ ਅਲਾਸਕਾ ਪੁਚਾਲ ਕੇਂਦਰ ਦੇ ਅਨੁਸਾਰ 3 ਸਾਲ ਪਹਿਲਾਂ ਆਏ ਪੁਚਾਲ ਤੋਂ ਬਾਅਦ ਇੱਥੇ ਸ਼ਨੀਵਾਰ ਨੂੰ 5.3 ਮਾਪਦਾ ਪੁਚਾਲ ਆਇਆ ਜੋ ਕਿ 26 ਮੀਲ ਡੂੰਘਾ ਸੀ ਇਸ ਸਮੇਂ ਦੌਰਾਨ ਕਿਸੇ ਜਾਣੀ ਨੁਕਸਾਨ ਦੀ ਕੋਈ ਸੂਚਨਾ ਤੁਰੰਤ ਪ੍ਰਾਪਤ ਨਹੀਂ ਹੋਈ ਅਮਰੀਕਾ ਤੋਂ ਇਲਾਵਾ ਸ਼ਨੀਵਾਰ ਸਵੇਰੇ ਗੁਜਰਾਤ ਦੇ ਸੂਰਤ ਵਿੱਚ 3.1 ਮਾਪਤਾ ਭੁਚਾਲ ਮਾਇਆ ਭੁਚਾਲ ਰਿਸਰਚ ਇੰਸਟੀਚਿਊਟ ਦੇ ਅਨੁਸਾਰ ਸ਼ਨੀਵਾਰ 4:35 ਮਿੰਟ ਤੇ ਭੁਚਾਲ ਆਇਆ ਅਤੇ ਇਸ ਦਾ ਕੇਂਦਰ ਦੱਖਣ ਗੁਜਰਾਤ ਵਿੱਚ ਸੂਰਤ ਤੋਂ 29 ਕਿਲੋਮੀਟਰ ਉੱਤਰ ਪੂਰਬ ਵਿੱਚ ਸੀ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਭੁਚਾਲ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਇਦਾਦ ਨੂੰ ਕੋਈ ਨੁਕਸਾਨ ਨਹੀਂ ਹੋਇਆ ਆਈਐਸਆਰ ਨੇ ਕਿਹਾ ਕਿ ਭੁਚਾਲ 15 ਕਿਲੋਮੀਟਰ ਦੀ ਡੂੰਘਾਈ ਤੇ ਸੀ ਅਤੇ ਇਸ ਦੇ ਝਟਕੇ ਸੂਰਤ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ 'ਚ ਮਹਿਸੂਸ ਕੀਤੇ ਗਏ ਅਮਰੀਕਾ ਦੀ ਬਿਮਾਰੀ ਕੰਟਰੋਲ ਅਤੇ ਰੋਗத்ਾਪ ਕੇਂਦਰ ਸੰਸਥਾ ਨੇ ਸ਼ੁੱਕਰਵਾਰ ਨੂੰ ਐਲਾਨ ਕਰਕੇ ਦੱਸਿਆ ਕਿ ਦੇਸ਼ ਵਿੱਚ ਜਲਦ ਹੀ ਇਬੋਲਾ ਵਾਇਰਸ ਨਾਲ ਪ੍ਰਭਾਵਿਤ ਦੋ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਨਿਗਰਾਨੀ ਕੀਤੀ ਜਾਵੇਗੀ ਇਸ ਸਬੰਧੀ ਸੀਡੀਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਲੇ ਹਫਤੇ ਤੋਂ ਗਿਨੀ ਅਤੇ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਤੋਂ ਆਉਣ ਵਾਲੇ ਯਾਤਰੀਆਂ ਨੂੰ ਛੇ ਅਮਰੀਕੀ ਹਵਾਈ ਅੱਡਿਆਂ ਤੇ ਵੇਖਿਆ ਜਾਵੇਗਾ ਜਿੱਥੇ ਉਹਨਾਂ ਦੀ ਜਾਣਕਾਰੀ ਇਕੱਠੀ ਕਰਨ ਦੇ ਨਾਲ-ਨਾਲ ਸਥਾਨਕ ਸਿਹਤ ਅਧਿਕਾਰੀਆਂ ਨਾਲ ਸਾਂਝੀ ਵੀ ਕੀਤੀ ਜਾਵੇਗੀ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ 25 ਫਰਵਰੀ ਤੱਕ ਗਿਨੀ ਵਿੱਚ ਇਬੋਲਾ ਦੇ 9 ਕੇਸ ਸਾਹਮਣੇ ਆਏ ਹਨ ਜਿਸ ਦੇ ਨਤੀਜੇ ਵਜੋਂ 5 ਮੌਤਾਂ ਹੋਈਆਂ ਹਨ ਅਤੇ ਇਸ ਦੇ 8 ਮਾਮਲੇ ਡੈਮੋਕ੍ਰੈਟਿਕ ਰਿਪਬਲਿਕਨ ਆਫ ਕਾਗੋ ਵਿੱਚ ਵੀ ਸਾਹਮਣੇ ਆਏ ਹਨ ਜਿੱਥੇ 4 ਮੌਤਾਂ ਹੋਈਆਂ ਹਨ। ਸੀਡੀਸੀ ਅਨੁਸਾਰ 에ਅਰਲਾਈਨਜ਼ ਪਿਛਲੇ 21 ਦਿਨਾਂ ਦੇ ਅੰਦਰ ਕਾਗੋ ਜਾਂ ਗਿਨੀ ਵਿੱਚ ਸਵਾਰ ਸਾਰ ਯਾਤਰੀਆਂ ਦੀ ਜਾਣਕਾਰੀ ਇਕੱਠੀ ਕਰਕੇ ਸੀਡੀਸੀ ਨੂੰ ਦੇਣਗੀਆਂ ਅਤੇ ਇਸ ਦੇ ਨਾਲ ਹੀ ਇਹ ਜਾਣਕਾਰੀ ਅਮਰੀਕਾ ਦੇ ਰਾਜਾਂ ਨਾਲ ਸਾਂਝੀ ਕੀਤੀ ਜਾਵੇਗੀ। ਇਸ ਪ੍ਰਕਿਰਿਆ ਦੇ ਅਧੀਨ ਨਿਊਯਾਰਕ ਵਿੱਚ ਜੌਨ ਐਫ ਕੈਨੇਡੀ, ਵਾਸ਼ਿੰਗਟਨ ਡੀਸੀ ਤੋਂ ਬਾਹਰ ਡੂਲੇਸ, ਸ਼ਿਕਾਗੋ ਵਿੱਚ ਉਹਾਰੇ, ਐਟਲਾਂਟਾ ਵਿੱਚ ਹਾਰਟਸਫੀਲਡ ਜੈਕਸਨ, ਲਾਸ ਐਂਜਲਸ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਨਿਊਯਾਰਕ ਤੋਂ ਬਾਹਰ ਨਿਵਾਰਕ ਲਿਬਰਟੀ ਅਧਿਨ ਨੂੰ ਇਸ ਵਾਇਰਸ ਦੀ ਨਿਗਰਾਨੀ ਲਈ ਕੇਂਦਰ ਬਿੰਦੂ ਮੰਨਿਆ ਜਾ ਰਿਹਾ ਹੈ। ਅਮਰੀਕਾ ਵਿੱਚ ਸੰਸਦ ਦੇ ਹੇਟਲੇ ਸਦਨ ਪ੍ਰਤੀਨਿਧੀ ਸਭਾ ਨੇ 1900 ਅਰਬ ਡਾਲਰ ਦੇ ਕੋਰੋਨਾ ਵਾਇਰਸ ਰਾਹਤ ਪੈਕੇਜ ਨੂੰ ਮੰਜ਼ੂਰੀ ਦੇ ਦਿੱਤੀ ਹੈ। ਰਾਸ਼ਟਰਪਤੀ ਜੋ ਬਾਈਡਨ ਨੇ ਇਸ ਪੈਕੇਜ ذریعے ਕੋਵਿਡ-19 ਮਹਾਮਾਰੀ ਕਾਰਨ ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ, ਕਾਰੋਬਾਰੀਆਂ, ਸੂਬਿਆਂ ਅਤੇ ਸ਼ਹਿਰ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਪ੍ਰਤੀਨਿਧੀ ਸਭਾ ਵਿੱਚ 212 ਦੇ ਮੁਕਾਬਲੇ 219 ਵੋਟਾਂ ਨਾਲ ਇਸ ਬਿੱਲ ਨੂੰ ਪਾਸ ਕਰ ਦਿੱਤਾ ਗਿਆ। ਡੈਮੋਕ੍ਰੈਟਿਕ ਸੰਸਦਾਨ ਨੇ ਕਿਹਾ ਕਿ ਅਜੇ ਵੀ ਅਰਥ ਵਿਵਸਥਾ ਪੂਰੀ ਤਰ੍ਹਾਂ ਸੰਭਲ ਨਹੀਂ ਸਕੀ ਹੈ ਅਤੇ ਲੱਖਾਂ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ। ਰਿਪਬਲਿਕਨ ਸੰਸਦਾਨ ਨੇ ਕਿਹਾ ਕਿ ਬਿੱਲ ਵਿੱਚ ਬਹੁਤ ਜ਼ਿਆਦਾ ਖਰਚ ਦੀ ਵਿਵਸਥਾ ਕੀਤੀ ਗਈ ਹੈ ਅਤੇ ਸਕੂਲਾਂ ਨੂੰ ਖੋਲਣ ਲਈ ਜ਼ਿਆਦਾ ਰਾਸ਼ੀ ਦੀ ਵਿਵਸਥਾ ਨਹੀਂ ਕੀਤੀ ਗਈ। ਸਦਨ ਵਿੱਚ ਅਲਪ ਮਾਦੇ ਨੇਤਾ ਕੇਵਿਡ ਮਕਾਰਥੀ ਨੇ ਕਿਹਾ ਕਿ ਮੇਰੇ ਸਹਿਯੋਗੀ ਇਸ ਬਿੱਲ ਨੂੰ ਸਸੇ ਕਦਮ ਦਸ ਰਹੇ ਹਨ ਪਰ ਇਹ ਸਿਰਫ ਦਿਖਾवटी ਹੈ ਇਸ ਵਿੱਚ ਰਾਸ਼ੀ ਦੀ ਸਹੀ ਵੰਡ ਨਹੀਂ ਹੋਈ। ਪ੍ਰਤੀਨਿਧ ਸਭਾ ਦੀ ਪ੍ਰਧਾਨ ਨੈਨਸੀ ਪੈਲੋਸੀ ਨੇ ਕਿਹਾ ਕਿ ਕਾਨੂੰਨ ਬਣਨ ਦੇ ਬਾਅਦ ਘੱਟ ਤੋਂ ਘੱਟ ਤਨਖਾਹ ਵਿੱਚ ਵਾਧਾ ਹੋਵੇਗਾ। ਚੀਨ ਦੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਦਾ ਦੋਸ਼ ਲਗਾਉਂਦੇ ਹੋਏ ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਨਿੱਕੀ ਹੈਲੀਸਣੇ ਚੋਟੀ ਦੇ ਰਿਪਬਲਿਕਨ ਨੇਤਾਵਾਂ ਨੇ ਅਮਰੀਕਾ ਤੋਂ ਚੀਨ ਚ ਆਯੋਜਿਤ ਹੋ ਰਹੇ 2022 ਸਰਦ ਰੁੱਤ 올림픽 ਦਾ ਬਾਈਕਾਟ ਕਰਨ ਦੀ ਮੰਗ ਕੀਤੀ ਹੈ ਇਹਨਾਂ ਨੇਤਾਵਾਂ ਨੇ ਕਮਾਂਤਰੀ 올림픽 ਕਮੇਟੀ ਤੋਂ ਪ੍ਰੋਗਰਾਮ ਦੇ ਅਯੋਜਨ ਲਈ ਨਵੀਂ ਥਾਂ ਚੁਣਨ ਦਾ ਵੀ ਸੱਦਾ ਦਿੱਤਾ ਹਾਲਾਂਕਿ ਵਾਈਟ ਹਾਊਸ ਨੇ ਕਿਹਾ ਕਿ ਨੇਤਾਵਾਂ ਦੀ ਮੰਗ ਤੇ ਫਿਲਹਾਲ ਕੋਈ ਫੈਸਲਾ ਨਹੀਂ ਕੀਤਾ ਗਿਆ ਸੰਯੁਕਤ ਰਾਸ਼ਟਰ ਚ ਅਮਰੀਕਾ ਦੀ ਸਾਬਕਾ ਰਾਜਦੂਤ ਹੈਲੀ ਨੇ ਕਿਹਾ ਕਿ ਇਹ ਕਿਸੇ ਤੋਂ ਲੁਕਿਆ ਨਹੀਂ ਕਿ ਚੀਨ ਆਪਣੇ ਵਿਆਪਕ ਕਮਿਊਨਿਸਟ ਕੋੜ ਪ੍ਰਚਾਰ ਮੁਹਿੰਮ ਦੇ ਤਹਿਤ ਸਰਦਰੁੱਤ 올림픽 ਦੀ ਵਰਤੋਂ ਕਰਨਾ ਚਾਹੁੰਦਾ ਹੈ ਹੈਲੀ ਨੇ ਕਿਹਾ ਕਿ ਰਾਸ਼ਟਰਪਤੀ ਜੋ ਬਾਈਡਨ ਖੇਡਾਂ ਦਾ ਬਾਈਕਟ ਕਰਨ ਦਾ ਐਲਾਨ ਕਰਨ ਇਸ ਦਿਨ ਲਈ ਉਹਨਾਂ ਨੇ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਸੈਨੇਟਰ ਰਿਕ ਸਕਾਟ ਨੇ ਰਾਸ਼ਟਰਪਤੀ ਨੂੰ ਲਿਖੇ ਪੱਤਰ ਚ ਸਮੁੱਚੇ ਚੀਨ ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਅਤਿਆਚਾਰ ਦੇ ਚਰਚਾ ਲਈ ਇੱਕ ਮੀਟਿੰਗ ਬੁਲਾਉਣ ਦੀ ਬੇਨਤੀ ਕੀਤੀ ਹੈ ਅਮਰੀਕਾ ਦੇ ਇੱਕ ਚੋਟੀ ਦੇ ਅਧਿਕਾਰੀ ਦੇ ਅਨੁਸਾਰ ਐਂਟੋਨੀ ਬਲਿੰਕਨ ਕੈਨੇਡਾ ਦੇ ਆਪਣੇ ਵਰਚੁਅਲ ਦੌਰੇ ਵਿੱਚ ਖਾਲਿਸਤਾਨ ਦਾ ਮੁੱਦਾ ਛੁੱਕਣਗੇ ਇਸ ਦੌਰਾਨ ਬਲਿੰਕਨ ਖਾਲਿਸਤਾਨ ਅੰਦੋਲਨ ਨਾਲ ਜੁਟਣ ਦੇ ਤਰੀਕਿਆਂ ਤੇ ਵੀ ਚਰਚਾ ਕਰਨਗੇ ਮੈਕਸੀਕੋ ਤੇ ਕੈਨੇਡਾ ਦੀ ਵਰਚੁਅਲ ਯਾਤਰਾ ਬਾਰੇ ਦੱਸਦੇ ਹੋਏ ਪੱਛਮੀ ਵਾਲਾ ਹੈਮਿਸਫੇਅਰ ਲਈ ਅਮਰੀਕਾ ਦੀ ਕਾਰਜਕਾਰੀ ਸਕੱਤਰ ਜੂਲੀ ਜੇ ਜੁੰਗ ਨੇ ਦੱਸਿਆ ਕਿ ਇਸ ਦੌਰਾਨ ਬਲਿੰਕਨ ਕਈ ਸੰਸਾਰਿਕ ਅਤੇ ਖੇਤਰੀ ਚੁਣੌਤੀਆਂ ਨਾਲ ਜੁਟਣ ਦੇ ਵਿਸ਼ੇ ਤੇ ਚਰਚਾ ਵੀ ਕਰਨਗੇ ਉਹਨਾਂ ਦੱਸਿਆ ਕਿ 2018 ਵਿੱਚ ਕੈਨੇਡਾ ਨੂੰ ਅਤਵਾਦੀ ਖਤਰਿਆਂ ਦੀਆਂ ਰਿਪੋਰਟਾਂ ਤੇ ਚਿੰਤਾਵਾਂ ਵਧੀਆਂ ਹਨ ਖਾਲਿਸਤਾਨ ਸਮਰਥਕ ਦੇ ਅੰਦੋਲਨ ਦੀ ਵੀ ਭੂਮਿਕਾ ਹੈ ਇਹ ਅੰਦੋਲਨ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹਨ ਅਮਰੀਕਾ ਵਿੱਚ ਲੱਖਾਂ ਘੱਟ ਆਮਦਨ ਵਾਲੇ ਪਰਿਵਾਰਾਂ ਅਤੇ ਪਿਛਲੇ ਸਾਲ ਨੌਕਰੀ ਵਿੱਚ ਸਮੱਸਿਆ ਦਾ ਸਾਹਮਣਾ ਕਰਨ ਵਾਲੇ ਲੋਕਾਂ ਨੂੰ ਆਪਣੇ ਇੰਟਰਨੈਟ ਬਿੱਲਾਂ ਦੀ ਅਦਾਇਗੀ ਕਰਨ ਵਿੱਚ ਮਦਦ ਕਰਨ ਲਈ ਜਲਦ ਹੀ 50 ਡਾਲਰ ਦੀ ਮਹੀਨਾਵਾਰ ਸਬਸਿਡੀ ਮਿਲ ਸਕਦੀ ਹੈ। ਇਸ ਸੰਬੰਧੀ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਵੀਰਵਾਰ ਨੂੰ ਮਹਾਮਾਰੀ ਦੇ ਦੌਰਾਨ ਵਧੇਰੇ ਕਰਾਰੋਂ ਇੰਟਰਨੈਟ ਦੀ ਵਰਤੋਂ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ 3.2 ਬਿਲੀਅਨ ਡਾਲਰ ਦੀ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਪ੍ਰੋਗਰਾਮ ਉਨ੍ਹਾਂ ਕਰਾਂ ਲਈ ਹੋਵੇਗਾ ਜੋ ਪਹਿਲਾਂ ਹੀ ਬ੍ਰੌਡਬੈਂਡ ਸੇਵਾਵਾਂ ਦੁਆਰਾ ਪੇਸ਼ ਕੀਤੇ ਗਏ ਮਹਾਮਾਰੀ ਜਾਂ ਘੱਟ ਆਮਦਨੀ ਰਾਹਤ ਪ੍ਰੋਗਰਾਮ ਵਿੱਚ ਸ਼ਾਮਲ ਹਨ ਇਸ ਦੇ ਨਾਲ ਹੀ ਘੱਟ ਆਮਦਨੀ ਵਾਲੇ ਲੋਕ ਜੋ ਕਿ FCC ਦੇ ਲਾਈਫਲਾਈਨ ਪ੍ਰੋਗਰਾਮ ਅਧੀਨ ਹਨ ਅਤੇ ਉਹ ਘਰ ਜਿਨ੍ਹਾਂ ਦੇ ਬੱਚੇ ਮੁਫਤ ਜਾਂ ਘੱਟ ਰੇਟ ਤੇ ਸਕੂਲੀ ਖਾਣਾ ਪ੍ਰਾਪਤ ਕਰਦੇ ਹਨ ਇਸ ਯੋਜਨਾ ਦਾ ਲਾਭ ਉਠਾ ਸਕਦੇ ਹਨ FCC ਦੀ ਕਾਰਜਕਾਰੀ ਚੇਅਰਮੈਨ ਜੈਸੀਕਾ ਰੋਜ਼ਨ ਵੈਰਲਸਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪ੍ਰੋਗਰਾਮ ਅਗਲੇ 60 ਦਿਨਾਂ ਵਿੱਚ ਯੋਗ ਕਰਾਂ ਲਈ ਖੁੱਲ ਜਾਵੇਗਾ FCC ਅਨੁਸਾਰ ਇਸ ਪ੍ਰੋਗਰਾਮ ਦਾ ਉਦੇਸ਼ ਉਹਨਾਂ ਲੋਕਾਂ ਦੀ ਮਦਦ ਕਰਨਾ ਵੀ ਹੈ ਜਿਨ੍ਹਾਂ ਦੀ ਵਾਈਫਾਈ ਸਿਗਨਲ ਦੀ ਪਾਰਕਾਂ ਜਾਂ ਪਬਲਿਕ ਲਾਇਬ੍ਰੇਰੀ ਦੇ ਬਾਹਰ ਬੈਠਣ ਦਾ ਪੈਂਦਾ ਹੈ ਕਿਉਂਕਿ ਮਹਾਮਾਰੀ ਦੇ ਪ੍ਰਭਾਵ ਕਾਰਨ ਉਹ ਆਰਥਿਕ ਸੰਕਟ ਦਾ ਸਾਹਮਣਾ ਕਰ ਸਕਦੇ ਹਨ ਐਫਸੀਸੀ ਦੀ ਇਸ ਪ੍ਰੋਗਰਾਮ ਵਿੱਚ ਯੋਗ ਕਰਾਂ ਲਈ ਇੱਕ ਕੰਪਿਊਟਰ ਜਾਂ ਟੈਬਲੇਟ ਦੀ ਵੀ ਇੱਕ ਵਾਰ ਲਈ 100 ਡਾਲਰ ਦੀ ਛੂਟ ਸ਼ਾਮਲ ਹੋਵੇਗੀ ਅਤੇ ਕਿਸੇ ਕਬੀਲੇ ਵਿੱਚ ਰਹਿਣ ਵਾਲਿਆਂ ਲਈ ਇੰਟਰਨੈਟ ਸੇਵਾ ਦੀ ਛੂਟ 1 ਮਹੀਨੇ ਵਿੱਚ 75 ਡਾਲਰ ਦੇ ਹਿਸਾਬ ਨਾਲ ਹੋਵੇਗੀ ਗਲੋਬਲ ਪੱਧਰ ਤੋਂ ਕਰੋਨਾ ਲਾਗ ਦੀ ਬਿਮਾਰੀ ਦਾ ਕਹਿਰ ਜਾਰੀ ਹੈ। ਵਿਸ਼ਵ ਵਿੱਚ ਸ਼ਨੀਵਾਰ ਤੱਕ ਕਰੋਨਾ ਪੀੜਤਾਂ ਦੀ ਗਿਣਤੀ 11.40 ਕਰੋੜ ਦਾ ਅੰਕੜਾ ਪਾਰ ਗਾਇਆ ਗਈ, ਜਦਕਿ ਮ੍ਰਿਤਕਾਂ ਦੀ ਗਿਣਤੀ 25.31 ਲੱਖ ਤੋਂ ਵੱਧ ਹੋ ਗਈ ਹੈ। ਉਧਰ ਨਿਊਜ਼ੀਲੈਂਡ ਦੋ ਵਾਰ ਕਰੋਨਾ ਵਾਇਰਸ ਦੇ ਖਤਮ ਹੋਣ ਦੀ ਘੋਸ਼ਣਾ ਕਰ ਚੁੱਕਾ ਹੈ। ਇੱਥੇ 1 ਮਹੀਨੇ ਵਿੱਚ ਦੂਜੀ ਵਾਰ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿੱਚ ਤਾਲਾਬੰਦੀ ਲਗਾਈ ਪਈ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿੱਚ ਕਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਦੀ ਮੋੜ ਲਗਾਈ ਜਾਵੇਗੀ ਜੋ ਐਤਵਾਰ ਤੋਂ ਪ੍ਰਭਾਵੀ ਹੋਵੇਗੀ 2 ਹਫਤੇ ਪਹਿਲਾਂ ਇਥੇ ਹੀ 3 ਦਿਨ ਤਾਲਾਬੰਦੀ ਲਗਾਈ ਗਈ ਸੀ ਉਹਨਾਂ ਦੱਸਿਆ ਕਿ ਆਕਲੈਂਡ ਵਿੱਚ ਤਾਲਾਬੰਦੀ ਦੇ ਇਲਾਵਾ ਨਿਊਜ਼ੀਲੈਂਡ ਦੇ ਬਾਕੀ ਹਿੱਸਿਆਂ ਨੂੰ ਸ਼੍ਰੇਣੀ 2 ਪਾਬੰਦੀਆਂ ਦੇ ਤਹਿਤ ਰੱਖਿਆ ਜਾਵੇਗਾ ਅਜਿھے ਵਿੱਚ ਜਨਤਕ ਸਮਾਰੋਹ ਨੂੰ ਸੀਮਿਤ ਕਰਨ ਦੀ ਯੋਜਨਾ ਹੈ ਉਧਰ ਅਮਰੀਕਾ ਤੇ ਬ੍ਰਾਜ਼ੀਲ ਦੇ ਵਿੱਚ ਪੀੜਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਅਮਰੀਕਾ ਦੇ ਇੱਕ ਚੋਟੀ ਦੇ ਸੰਸਦ ਮੈਂਬਰ ਨੇ ਜੰਮੂ ਕਸ਼ਮੀਰ ਵਿੱਚ ਕੰਟਰੋਲ ਲਾਈਨ ਅਤੇ ਹੋਰ ਖੇਤਰਾਂ ਵਿੱਚ ਜੰਗਬੰਦੀ ਦੇ ਸਾਰੇ ਸਮਝੌਤਿਆਂ ਨਾਲ ਸਖਤੀ ਨਾਲ ਪਾਲਾ ਕਰਨ ਦੇ ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਦਾ ਐਲਾਨ ਦਾ ਸਵਾਗਤ ਕੀਤਾ ਹੈ ਸੰਸਦ ਮੈਂਬਰ ਨੇ ਇਹ ਵੀ ਕਿਹਾ ਕਿ ਉਮੀਦ ਜਤਾਈ ਹੈ ਕਿ ਤਣਾਅ ਨੂੰ ਘਟ ਕਰਨ ਦੀ ਦਿਸ਼ਾ ਵਿੱਚ ਪਹਿਲਾ ਕਦਮ ਸਾਬਤ ਹੋਵੇਗਾ ਵਾਈਟ ਹਾਊਸ ਨੇ ਵੀਰਵਾਲ ਨੂੰ ਕਿਹਾ ਸੀ ਕਿ ਇਹ ਕਦਮ ਦੱਖਣੀ ਏਸ਼ੀਆ ਵਿੱਚ ਵਿਆਪਕ ਸ਼ਾਂਤੀ ਅਤੇ ਸਥਿਰਤਾ ਦੀ ਦਿਸ਼ਾ ਵਿੱਚ ਇੱਕ ਸਕਾਰਾਤਮਕ ਕਦਮ ਹੈ। ਪ੍ਰਤੀਨਿਧੀ ਮੰਡਲ ਵਿੱਚ ਵਿਦੇਸ਼ੀ ਮਾਮਲਿਆਂ ਦੀ ਇੱਕ ਅਹਿਮ ਕਮੇਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਗਰੀਗੋਰੀ ਮਿਕਸ ਨੇ ਕਿਹਾ ਕਿ ਮੈਂ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦੀ ਆਪਣੀ ਸਾਂਝਾ ਸਰਹੱਦ ਤੇ ਜੰਗਬੰਦੀ ਨੂੰ ਲੈ ਕੇ ਸਾਰੇ ਸਮਝੌਤਿਆਂ ਦਾ ਸਖਤੀ ਨਾਲ ਪਾਲਣਾ ਕਰਨ ਦਾ ਐਲਾਨ ਦਾ ਸਵਾਗਤ ਕਰਦਾ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਹ ਤਣਾ ਨੂੰ ਘਟ ਕਰਨ ਦੀ ਦਿਸ਼ਾ ਵਿੱਚ ਪਹਿਲਾ ਕਦਮ ਸਾਬਤ ਹੋਵੇਗਾ। ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਨੇ ਕੰਟਰੋਲ ਲਾਈਨ ਅਤੇ ਹੋਰ ਖੇਤਰਾਂ ਵਿੱਚ ਜੰਗਬੰਦੀ ਸੰਬੰਧੀ ਸਾਰੇ ਸਮਝੌਤਿਆਂ ਦੀ ਸ਼ਕਤੀ ਨਾਲ ਪਾਲਣਾ ਕਰਨ ਦੇ ਵੀਰਵਾਨ ਨੂੰ ਸਹਿਮਤੀ ਜਤਾਈ ਅਤੇ ਇਸ ਸੰਬੰਧ ਵਿੱਚ ਸ joint ਬਿਆਨ ਵੀ ਜਾਰੀ ਕੀਤਾ। ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਇਸ ਬਿਆਨ ਦਾ ਸਵਾਗਤ ਕੀਤਾ ਅਤੇ ਪਾਕਿਸਤਾਨ ਤੋਂ ਆਪਣੀ ਅੰਤਰਰਾਸ਼ਟਰੀ ਵਚਨਬੱਧਤਾ ਦਾ ਸਨਮਾਨ ਕਰਨ ਅਤਵਾਦੀ ਸੰਗਠਨਾਂ ਨੂੰ ਪੈਸੇ ਅਤੇ ਉਹਨਾਂ ਨੂੰ ਸਮਰਥਨ ਦੇਣਾ ਬੰਦ ਕਰਨ ਅਤੇ ਭਾਰਤ ਤੇ ਸਰਹੱਦ ਪਾਰ ਤੋਂ ਅਤਵਾਦੀ ਹਮਲੇ ਬੰਦ ਕਰਨ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਅਮਰੀਕਾ ਨੇ ਕਿਹਾ ਕਿ ਇਹ ਦੱਖਣੀ ਏਸ਼ੀਆ ਵਿੱਚ ਜ਼ਿਆਦਾ ਸ਼ਾਂਤੀ ਅਤੇ ਸਥਿਰਤਾ ਦੀ ਦਿਸ਼ਾ ਵਿੱਚ ਇੱਕ ਹਾਂ ਪੱਕੀ ਕਦਮ ਹੈ। ਦਲਾਈ ਲਾਮਾ ਦੇ ਅਵਤਾਰ ਨੂੰ ਲੈ ਕੇ ਇੱਕ ਵਾਰ ਫਿਰ ਅਮਰੀਕਾ ਚੀਨ ਆਹਮੋ ਸਾਹਮਣੇ ਹਨ ਅਤੇ ਇਹਨਾਂ ਦੋਨਾਂ ਦੇਸ਼ਾਂ ਵਿਚਾਲੇ ਵਿਵਾਦਾਂ ਦਾ ਮੁੱਖ ਮੁੱਦਾ ਬਣ ਗਿਆ ਹੈ। ਤਿੱਬਤ ਦੇ ਸਮਰਥਨ ਵਿੱਚ ਚੀਨ ਦੇ ਦਬਾਅ ਲਈ ਅਮਰੀਕੀ ਸੰਸਦ ਨੇ ਇੱਕ ਬਿੱਲ ਪਾਸ ਕੀਤਾ ਹੈ। ਦਿਪਤੀ ਨੀਤੀ ਅਤੇ ਸਮਰਥਨ ਐਕਟ ਨੂੰ ਅਮਰੀਕੀ ਸੰਸਦ ਦੇ ਦੋਨਾਂ ਸਦਨਾਂ ਨੇ 1.4 ਟ੍ਰਿਲੀਅਨ ਡਾਲਰ ਦੇ ਸਰਕਾਰੀ ਖਰਚ ਬਿੱਲ ਅਤੇ 900 ਅਰਬ ਡਾਲਰ ਦੇ ਕੋਵਿਡ-19 ਰਾਹਤ ਪੈਕੇਜ ਦੇ ਸੌਧ ਦੇ ਤੌਰ ਤੇ ਪਾਸ ਕੀਤਾ ਹੈ। ਇਹ ਐਕਟ ਚੀਨ ਦੇ ਉਹ ਅਧਿਕਾਰੀਆਂ ਤੇ ਆਰਥਿਕ ਅਤੇ ਵੀਜ਼ਾ ਰੋਕ ਲਗਾਵੇਗਾ ਜੋ ਜਲਾਈ ਇਲਾਮਾਂ ਦੇ ਉੱਤਰ ਅਧਿਕਾਰੀ ਦੇ ਮਾਮਲੇ ਵਿੱਚ ਦਖਲਅੰਦਾਜ਼ੀ ਕਰਨਗੇ। ਨਾਲ ਹੀ ਇਸ ਐਕਟ ਦੇ ਤਹਿਤ ਚੀਨ ਲਈ ਜ਼ਰੂਰੀ ਹੋਵੇਗਾ ਕਿ ਉਹ ਅਮਰੀਕਾ ਵਿੱਚ ਕੋਈ ਵੀ ਨਵਾਂ ਕੌਂਸੂਲੇਟ ਖੋਲਣ ਤੋਂ ਪਹਿਲਾਂ ਲਾਹਾਸਾ ਵਿੱਚ ਅਮਰੀਕਾ ਨੂੰ ਕੌਂਸੂਲੇਟ ਸਥਾਪਿਤ ਕਰਨ ਦੀ ਮਨਜ਼ੂਰੀ ਦੇਣ। ਅਮਰੀਕਾ ਦੇ ਇਸ ਕਦਮ ਨਾਲ ਜਿੱਥੇ ਚੀਨ ਭੜਕ ਰਿਹਾ ਹੈ ਉੱਥੇ ਹੀ ਧਰਮਸ਼ਾਲਾ ਆਧਾਰਿਤ ਕੇਂਦਰੀ ਤਿੱਬਤੀ ਪ੍ਰਸ਼ਾਸਨ ਬੇਹੱਦ ਖੁਸ਼ ਹੈ ਰਾਸ਼ਟਰਪਤੀ ਲੋਮ ਸਾਂਗ ਸਾਂਗੇ ਨੇ ਇਸ ਨੂੰ ਤਿੱਬਤ ਦੇ ਲੋਕਾਂ ਲਈ ਇਤਿਹਾਸਿਕ ਘਟਨਾ ਐਲਾਨ ਕੀਤਾ ਹੈ ਹਾਰਵਰਡ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਨ ਵਾਲੇ ਅਤੇ ਅਮਰੀਕੀ ਨਾਗਰਿਕ ਸਾਂਗੇ ਨੂੰ ਹਾਲ ਵਿੱਚ ਹੀ ਵਾਈਟ ਹਾਊਸ ਵਿੱਚ ਸੱਦਾ ਦਿੱਤਾ ਗਿਆ ਜਿੱਥੇ ਉਹਨਾਂ ਨੇ ਤਿੱਬਤੀ ਮਾਮਲਿਆਂ ਦੇ ਨਵੇਂ ਨਿਯੁਕਤ ਅਮਰੀਕਾ ਦੇ ਵਿਸ਼ੇਸ਼ ਸੰਯੋਜਕ ਰਾਬਰਟ ਡੈਸਟਰੋ ਨਾਲ ਮੁਲਾਕਾਤ ਕੀਤੀ ਚੀਨ ਅਤੇ ਅਮਰੀਕਾ ਦੇ ਵਿੱਚ ਵੱਧਦੇ ਤਣਾਅ ਦੇ ਨਾਲ ਤਿੱਬਤ ਨਵੇਂ ਸੀਤ ਲੜਾਈ ਦੀ ਰਾਜਨੀਤੀ ਦੇ ਮੁੱਦੇ ਦੇ ਤੌਰ ਤੇ ਫਿਰ ਉੱਭਰ ਰਿਹਾ ਹੈ ਹਾਲਾਂਕਿ ਸਾਲ ਵਿੱਚ ਭਾਰਤ ਨੇ ਤਿੱਬਤ ਦਾ ਕਾਰਡ ਖੇਡਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਇਸ ਦਾ ਅਸਰਦਾਰ ਇਸਤੇਮਾਲ ਕਰਨ ਦਾ ਤਰੀਕਾ ਨਹੀਂ ਆਉਂਦਾ ਪਰ ਅਮਰੀਕਾ ਇਹਨਾਂ ਦੋਨਾਂ ਤੋਂ ਹਟ ਕੇ ਥੋੜਾ ਵੱਖ ਹੈ ਅਤੇ ਇਹ ਗੱਲ ਚੀਨ ਅਤੇ ਤਿੱਬਤ ਦੋਨੇ ਜਾਣਦੇ ਹਨ ਕਤਰ ਨੂੰ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਤਿਆਰ ਕਰਨ ਦੌਰਾਨ ਪਿਛਲੇ ਦਹਾਕੇ ਵਿੱਚ ਘੱਟੋ-ਘੱਟ 6500 ਵਿਦੇਸ਼ੀ ਕਾਮਿਆਂ ਦੀ ਮੌਤ ਹੋ ਗਈ ਮਰਨ ਵਾਲਿਆਂ ਵਿੱਚ ਸਭ ਤੋਂ ਵੱਧ ਕਾਮੇ ਭਾਰਤ, ਪਾਕਿਸਤਾਨ, ਨੇਪਾਲ ਦੇ ਸਨ ਇੱਕ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਹੈ ਕਿ ਦਸੰਬਰ 2010 ਤੋਂ ਜਦੋਂ ਤੋਂ ਕੱਤਰ ਨੂੰ 22ਵੇਂ FIFA ਵਰਲਡ ਕੱਪ ਲਈ ਚੁਣਿਆ ਗਿਆ ਸੀਗਾ ਉਦੋਂ ਤੋਂ ਲੈ ਕੇ ਹੁਣ ਤੱਕ ਇਹਨਾਂ ਦੇਸ਼ਾਂ ਦੇ ਲਗਭਗ 12 ਲੋਕਾਂ ਦੀ ਮੌਤ ਹਰ ਹਫ਼ਤੇ ਹੋਈ ਹੈ। ਦਰਅਸਲ ਜ਼ਿਆਦਾਤਰ ਮਜ਼ਦੂਰ ਦੀ ਮੌਤ ਉਚਾਈਆਂ ਤੇ ਕੰਮ ਕਰਦੇ ਸਮੇ ਡਿੱਗਣ ਕਾਰਨ ਹੋਈ ਹੈ। ਕਈ ਮਜ਼ਦੂਰਾਂ ਦੀ ਤਾਂ ਉਚਾਈ ਤੋਂ ਲਟਕਣ ਕਾਰਨ ਸਾਹ ਫੁੱਲਣ ਨਾਲ ਮੌਤ ਹੋ ਗਈ। ਬਹੁਤੀਆਂ ਮੌਤਾਂ ਦਿਲ ਦਾ ਦੌਰਾ ਪੈਣ ਜਾਂ ਸਾਹ ਘੁੱਟਣ ਕਾਰਨ ਹੋਈਆਂ। ਰਿਪੋਰਟ ਦੇ ਅਨੁਸਾਰ ਮਰਨ ਵਾਲਿਆਂ ਵਿੱਚ ਭਾਰਤੀ, ਨੇਪਾਲੀ ਤੇ ਬੰਗਲਾਦੇਸ਼ੀ ਕਾਮਿਆਂ ਦੀ ਗਿਣਤੀ ਤਕਰੀਬਨ 69% ਹੈ। ਕਤਲ ਵਿੱਚ ਮਜ਼ਦੂਰਾਂ ਦੀ ਮੌਤ ਤੋਂ ਬਾਅਦ ਕਲਾਸ਼ਾਂ ਦਾ ਪੋਸਟਮਾਰਟਮ ਤੱਕ ਦਿਖਾਵੇ ਲਈ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਨ੍ਹਾਂ ਲੋਕਾਂ ਦੀ ਮੌਤ ਫੁੱਟਬਾਲ ਵਿਸ਼ਵ ਕੱਪ ਲਈ ਬੁਨਿਆਦੀ ਢਾਂਚੇ ਦੀ ਉਸਾਰੀ ਸਮੇਂ ਹੋਈ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਦੀ ਗਿਣਤੀ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ ਕਿਉਂਕਿ ਇਨ੍ਹਾਂ ਅੰਕੜਿਆਂ ਵਿੱਚ ਫਿਲੀਪੀਨਜ਼ ਅਤੇ ਕੇਨੀਆ ਸਮੇਤ ਬਹੁਤ ਸਾਰੇ ਦੇਸ਼ ਸ਼ਾਮਲ ਹਨ ਜਿੱਥੇ ਲੱਖਾਂ ਲੋਕ ਕਤਰ ਵਿੱਚ ਕੰਮ ਕਰਦੇ ਹਨ ਦੱਸ ਦਈਏ ਕਿ ਕਤਰ ਵਿੱਚ ਪਿਛਲੇ 10 ਸਾਲਾਂ ਵਿੱਚ ਤਕਰੀਬਨ 28 ਲੱਖ ਪ੍ਰਵਾਸੀ ਮਜ਼ਦੂਰਾਂ ਨੇ 7 ਨਵੇਂ ਫੁੱਟਬਾਲ ਸਟੇਡੀਅਮ ਬਣਾਏ ਹਨ 222 ਗਰਮੀਆਂ ਵਿੱਚ ਅਜੋਜਿਤ ਹੋਣ ਵਾਲੇ ਵਿਸ਼ਵ ਦੇ ਸਭ ਤੋਂ ਮਸ਼ਹੂਰ ਖੇਡ ਪ੍ਰੇਮੀਆਂ ਨੂੰ ਸਵਰਗ ਦੀ ਭਾਵਨਾ ਦੇਣ ਲਈ ਇੱਕ ਨਵਾਂ ਮੈਟਰੋ 에য়ারਪੋਰਟ ਮੈਟਰੋਵੇ ਅਤੇ ਇਥੋਂ ਤੱਕ ਕਿ ਇੱਕ ਨਵਾਂ ਸ਼ਹਿਰ ਸਥਾਪਿਤ ਕੀਤਾ ਗਿਆ ਹੈ ਕਤਰ ਵਿੱਚ ਲਗਭਗ 20 ਲੱਖ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦੱਖਣੀ ਏਸ਼ੀਆ ਅਫਰੀਕਾ ਪੂਰਬੀ ਏਸ਼ੀਆ ਦੇ ਰਹਿਣ ਵਾਲੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਸਿਕ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੀਐਮ ਮੋਦੀ ਨੂੰ ਚੁਣੌਤੀ ਦਿੱਤੀ ਹੈ ਰਾਹੁਲ ਗਾਂਧੀ ਨੇ ਕਿਹਾ ਕਿ ਹਿੰਮਤ ਹੈ ਤਾਂ ਪ੍ਰਧਾਨ ਮੰਤਰੀ ਮੋਦੀ ਨੂੰ ਰੋਜ਼ਗਾਰ ਅਤੇ ਕਿਸਾਨਾਂ ਦੀ ਗੱਲ ਕਰਕੇ ਦਿਖਾਉਣ ਦਰਸਲ راہول ਗਾਂਧੀ ਨੇ ਟਵੀਟ ਕਰਦਿਆਂ ਲਿਖਿਆ ਕਿ ਹਿੰਮਤ ਹੈ #ਕਿਸਾਨਕੀਬਾਤ #ਜੌਬਕੀਬਾਤ ਜ਼ਿਕਰਯੋਗ ਹੈ ਕਿ راہول ਗਾਂਧੀ ਲਗਾਤਾਰ ਮੋਦੀ ਸਰਕਾਰ ਦਾ ਕਿਰਾਉ ਕਰਨ ਵਿੱਚ ਲੱਗੇ ਹੋਏ ਹਨ ਇਸ ਤੋਂ ਪਹਿਲਾਂ ਉਹਨਾਂ ਨੇ ਸ਼ਨੀਵਾਰ ਨੂੰ ਮਹਿੰਗਾਈ ਦੇ ਮੋਰਚੇ ਤੇ ਮੋਦੀ ਸਰਕਾਰ ਦਾ ਕਿਰਾਉ ਕਰਦੇ ਹਨ ਲਿਖਿਆ ਸੀ ਕਿ ਕੋਈ ਅਜਿਹੀ ਜਗ੍ਹਾ ਹੈ ਜਿੱਥੇ ਹਰ ਰੋਜ਼ ਦੀਆਂ ਜ਼ਰੂਰਤਾਂ ਦਾ ਸਮਾਨ ਮਿਲਦਾ ਹੋਵੇ ਤੇ ਉੱਥੇ ਜਾ ਕੇ ਤੁਹਾਨੂੰ ਅਜੀਹਾ ਨਾ ਲੱਗੇ ਕਿ ਸਰਕਾਰ ਤੁਹਾਨੂੰ ਲੁੱਟ ਰਹੀ ਹੈ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਰੇਡੀਓ ਪ੍ਰਸਾਰਣ ਮਨ ਦੀ ਬਾਤ ਰਾਹੀਂ ਲੋਕਾਂ ਨਾਲ ਗੱਲਬਾਤ ਕਰਨਗੇ ਇਸ ਸਮਾਗਮ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ ਤੇ ਲੋਕਾਂ ਨਾਲ ਮਨ ਦੀ ਬਾਤ ਪ੍ਰੋਗਰਾਮ ਲਈ ਵੱਖ-ਵੱਖ ਵਿਸ਼ਿਆਂ ਤੇ ਵਿਚਾਰ ਅਤੇ ਸੁਝਾਅ ਮੰਗੇ ਹਨ ਇਹ ਪ੍ਰਧਾਨ ਮੰਤਰੀ ਮੋਦੀ ਦੇ ਮਨ ਦੀ ਬਾਤ ਪ੍ਰੋਗਰਾਮ ਦਾ 74ਵਾਂ ਸੰਸਕਰਣ ਹੈ ਇਸੇ ਹੁਣ ਤੱਕ ਦੀਆਂ ਖਬਰਾਂ ਤੁਹਾਡਾ ਬਹੁਤ-ਬਹੁਤ ਧੰਨਵਾਦ